ਅੰਡੇ ਦੇ ਸੜੇ ਹੋਣ ਜਾਂ ਤਾਜ਼ੇ ਹੋਣ ਦਾ ਪਤਾ ਕਰਨ ਦੇ ਲਈ ਇਹ ਬਹੁਤ ਵਧੀਆ ਤਜਰਬਾ ਹੈ। ਇਸ ਲਈ ਤੁਹਾਨੂੰ ਬਹੁਤ ਵੱਡਾ ਪਾਣੀ ਦਾ ਭਰਿਆ ਡੋਂਗਾ, 3 ਅੰਡੇ, 1 ਤਾਜ਼ਾ, ਦੂਜਾ 15 ਦਿਨ ਪੁਰਾਣਾ ਅਤੇ ਤੀਜਾ 1 ਮਹੀਨਾ ਪੁਰਾਣਾ। ਤਾਜ਼ੇ ਅੰਡੇ ਨੂੰ ਡੋਂਗੇ ਵਿੱਚ ਰੱਖਣ ਨਾਲ ਇਹ ਡੁੱਬ ਜਾਵੇਗਾ। ਇਸ ਤੋਂ ਅੰਡੇ ਦੇ ਤਾਜ਼ੇ ਹੋਣ ਦਾ ਵੀ ਪਤਾ ਲੱਗਦਾ ਹੈ। ਹੁਣ ਸੜੇ ਹੋਏ ਅੰਡੇ ਨੂੰ ਪਾਣੀ ਵਿੱਚ ਪਾਓ ਤਾਂ ਉਹ ਤਰਨਾ ਸ਼ੁਰੂ ਕਰ ਦੇਵੇਗਾ। ਹੁਣ ਜੇ ਤੁਸੀਂ 2 ਹਫ਼ਤੇ ਪੁਰਾਣਾ ਅੰਡਾ ਡੋਂਗੇ ਵਿੱਚ ਪਾਓਗੇ ਤਾਂ ਉਹ ਥੋੜ੍ਹਾ ਜਿਹਾ ਹੀ ਡੁੱਬੇਗਾ। ਸੋ ਤਾਜ਼ਾ ਅੰਡਾ ਭਾਰਾ ਹੋਣ ਦੇ ਕਾਰਨ ਡੁੱਬ ਜਾਵੇਗਾ। ਸੜੇ ਹੋਏ ਅੰਡੇ ਅੰਦਰ ਬਹੁਤ ਸਾਰੀਆਂ ਗੈਸਾਂ ਹੋਣ ਦੇ ਕਾਰਨ ਉਹ ਡੁੱਬੇਗਾ ਨਹੀਂ ਅਤੇ ਤਰਦਾ ਹੀ ਰਹੇਗਾ।